ਤੇ ਜਦੋਂ ਰਿਪੋਰਟ ਆਏਗੀ ਫਿਰ ਪਤਾ ਲੱਗੇਗਾ ਨੈਗੇਟਿਵ ਜਾਂ ਪੋਜ਼ਿਟਿਵ। ਨੋ ਆਲਵੇਜ਼ ਨੈਗੇਟਿਵ, ਆਲਵੇਜ਼ ਨੈਗੇਟਿਵ, ਪ੍ਰੋਬਲਮ ਨਾ ਕੇ ਰੋਂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸਪੈਨਿਸ਼ ਟਰੈਵਲਰ। ਅਤੇ ਇੱਕੋ ਦਮ ਪਲੈਨ ਬਣ ਗਿਆ ਸਾਡਾ ਇੰਡੀਆ ਜਾਣ ਦਾ, ਅਤੇ ਤੁਹਾਨੂੰ ਦੱਸਾਂਗੇ ਕਿਵੇਂ ਬਣਿਆ। ਲੇਕਿਨ ਹੁਣ ਅਸੀਂ ਜਾ ਰਹੇ ਹਾਂ ਕਰੋਨਾ ਵੀਰੂ ਦਾ ਟੈਸਟ ਕਰਾਉਣ, ਅਤੇ ਤੁਹਾਨੂੰ ਦਿਖਾਉਂਦੇ ਹਾਂ ਸਪੇਨ ਦੇ ਵਿੱਚ ਕਰੋਨਾ ਵੀਰੂ ਦਾ ਟੈਸਟ ਕਿਵੇਂ ਹੁੰਦਾ। ਚਲੋ ਲੈਟਸ ਗੋ। ਹੈਲੋ ਸਤਿ ਸ਼੍ਰੀ ਅਕਾਲ ਜੀ। ਕਰੋਨਾ ਵੀਰੂਸ ਮੰਮੀ ਨੱਕ ਪੈਣਾ ਨੱਕ ਚ। ਹਾਂਜੀ ਤਾਂ ਵੀ ਆਰ ਅਗੇਨ ਦੇਨੀਆਂ, ਵਾਪਸ ਹੈਗੀਆਂ ਦੇਨੀਆਂ ਦੇ ਵਿੱਚ, ਅਤੇ ਇੱਧਰ ਕਰੋਨਾ ਵੀਰੂ ਟੈਸਟ ਕਰਾਉਣ ਆਏ ਹਾਂ, ਕਿਉਂਕਿ ਖਾਬੀਆ ਦੇ ਵਿੱਚ ਕਰੋਨਾ ਵੀਰੂ ਦਾ ਟੈਸਟ ਪੁੱਛਣ ਗਏ ਸੀਗੇ। ਉਹ ਕਹਿੰਦੇ 3 ਦਿਨ ਲੱਗਣਗੇ, ਕਿਉਂਕਿ ਉਹਨਾਂ ਨੇ ਟੈਸਟ ਜਿਵੇਂ ਇੰਡੀਆ ਦੇ ਵਿੱਚ ਹੁੰਦਾ ਛੋਟੇ ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰ ਭੇਜਦੇ ਨੇ, ਫਿਰ ਉੱਥੋਂ ਟੈਸਟ ਦੀ ਰਿਪੋਰਟ ਆਉਂਦੀ ਹੈ ਅਤੇ ਵਾਪਸ ਸਾਨੂੰ ਦਿੰਦੇ ਨੇ। ਇਹ ਵਾਲਾ ਚੱਕਰ ਸੀਗਾ ਖਾਬੀਆ ਦੇ ਵਿੱਚ, ਅਤੇ ਇਸ ਲਈ ਹੁਣ ਦੇਨੀਆ ਦੇ ਵੱਡਾ ਸ਼ਹਿਰ ਹੈ, ਇੱਥੇ ਟੈਸਟ ਕਰਾਉਣ ਆਏ ਹਾਂ, ਅਤੇ ਇੱਥੇ ਟੈਸਟ ਕਰਵਾ ਕੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਟੈਸਟ ਕਿਵੇਂ ਹੁੰਦਾ। ਕਿਉਂਕਿ ਇੱਕ ਰਿਪੋਰਟ ਹੁੰਦੀ ਹੈ 40 ਯੂਰੋ ਵਾਲੀ, ਉਹਦੇ ਵਿੱਚ ਨਹੀਂ ਕਿ ਦਿਖਾ ਪਾਵਾਂਗੇ, ਕਿਉਂਕਿ ਇੰਡੀਆ ਇੱਧਰ ਦਾ ਫਰਕ ਹੈ ਨਾ। ਹਾਂ ਸ਼ੋਰ ਤਾਂ ਨਹੀਂ ਹੈ, ਲੇਕਿਨ ਫਿਰ ਵੀ ਚਲੋ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਇੱਕ 40 ਯੂਰੋ ਵਾਲਾ ਟੈਸਟ ਹੁੰਦਾ, ਉਹ ਲੈ ਲਓ ਟਰੈਵਲ ਕਰਨ ਵਾਸਤੇ ਨਹੀਂ ਹੁੰਦਾ, ਲੇਕਿਨ ਜੋ ਹੁੰਦਾ 120 ਯੂਰੋ ਵਾਲਾ, ਉਹ ਵਾਲਾ ਤੁਸੀਂ ਟਰੈਵਲ ਵਾਸਤੇ ਚੂਜ਼ ਕਰ ਸਕਦੇ ਹੋ, ਉਹ ਤੁਸੀਂ ਟਰੈਵਲ ਵਾਸਤੇ ਯੂਜ਼ ਕਰ ਸਕਦੇ ਹੋ। ਹਾਂਜੀ ਤਾਂ ਪਹੁੰਚ ਗਏ ਹਾਂ ਦੇਨੀਆ ਹੋਸਪਿਟਲ ਦੇ ਕੋਲ। ਇੱਧਰ ਲੱਗੇ ਨਾਰੰਗੀਆਂ ਦੇ ਪੇੜ, ਕਿਉਂਕਿ ਇੱਥੇ ਦੇ ਨਾਰੰਗੀ ਹੀ ਮਸ਼ਹੂਰ ਨੇ, ਨਾਰੰਗੇ ਲੱਗੇ ਨੇ। ਅਤੇ ਤੁਹਾਨੂੰ ਅੱਗੇ ਦਿਖਾਉਂਦੇ ਹਾਂ, ਥੋੜ੍ਹਾ ਤੁਰ ਕੇ ਜਾਣਾ ਪਏਗਾ ਇੱਥੋਂ, ਕਿਉਂਕਿ ਪਾਰਕ ਕਰਤੀ ਹੈ ਗੱਡੀ। ਅਤੇ ਇੱਥੋਂ ਦੀ ਹੈਗਾ 500 ਮੀਟਰ ਹੋਸਪਿਟਲ ਦੇਨੀਆ ਦਾ, ਅਤੇ ਤੁਹਾਨੂੰ ਦਿਖਾਉਂਦੇ ਹਾਂ। ਜੇ ਤੁਸੀਂ ਵੀ ਵਿਖਾਰ ਕਰਨਾ ਹੋਵੇ ਤਾਂ ਦੇਨੀਆ ਦੇ ਆਲੇ ਹੋਸਪਿਟਲ ਦੇ ਵਿੱਚ ਤੁਸੀਂ ਕਰਾ ਸਕਦੇ ਹੋ। ਤੁਹਾਨੂੰ ਦਿਖਾਉਂਦੇ ਹਾਂ ਉੱਧਰ ਦਾ ਹੋਸਪਿਟਲ ਦਾ ਜੋ ਬੋਰਡ ਦੇਨੀ ਵਿੱਚ, ਮੈਂ ਕਿਹਾ ਐਕਸਪੈਂਸਿਵ ਹੈ, ਉੱਦਾਂ ਵੈਲੈਂਸੀਆ ਵਿੱਚ ਥੋੜ੍ਹਾ ਚੀਪ ਮਿਲਦਾ। ਜੇ ਬੰਦਾ ਵੈਲੈਂਸੀਆ ਜਿਹੜਾ ਜਾਊਗਾ ਉਹਨੂੰ ਮਤਲਬ ਚੀਪ ਮਿਲੂਗਾ। ਵੈਲੈਂਸੀਆ 'ਚ ਕਿੰਨਾ ਇਹਦਾ? ਵੈਲੈਂਸੀਆ 70 ਯੂਰੋ, ਲੇਕਿਨ ਆਪਾਂ ਤਾਂ ਲੇਟ ਹੋ ਗਏ ਸੀਗੇ ਨਾ, ਆਪਾਂ ਲੇਟ ਹੋ ਗਏ, ਸਹੀ ਗੱਲ ਹੈ। ਹਫ਼ਤੇ ਪਹਿਲਾਂ ਜਾਂ 2-3 ਦਿਨ ਪਹਿਲਾਂ ਜਾਣਾ ਪੈਂਦਾ। ਨਹੀਂ 2-3 ਦਿਨ ਪਹਿਲਾਂ ਜਾਓ ਠੀਕ ਹੈ, ਮਗਰ ਜੇ ਬੰਦਾ ਉੱਥੇ ਰਹਿੰਦਾ ਉਹਦੇ ਵਾਸਤੇ ਬੈਸਟ ਹੈ। ਸਾਡੇ ਲੋਕਾਂ ਵਾਸਤੇ ਨਹੀਂ, ਕਿਉਂਕਿ ਅਸੀਂ ਤਾਂ ਰਹਿੰਦੇ ਇੱਦਾਂ ਵੀ ਸਾਡਾ ਇੰਨਾ ਦਾ ਫਿਰ ਪੈਟਰੋਲ ਹੀ ਲੱਗ ਜਾਣਾ ਨਾ। ਹੋਰ ਆਉਣ ਜਾਣੇ ਦਾ
ਹੈਗੇ ਨੇ ਜਿੱਦਾਂ ਡਸਟਬੀਨ ਬਾਈ ਜਦੋਂ ਵੀ ਕੋਈ ਕੋਈ ਕੈਮਰੇ ਵੱਲ ਦੇਖਦਾ ਦੁਰਘਟਨਾ ਘਟ ਜਾਂਦੀ ਹੈ ਇਸ ਲਈ ਅੱਗੇ ਤੋਂ ਵੀਡੀਓ ਹੀ ਨਾ ਬਣਾ ਕੇ ਦੇ ਦੇ ਇੱਕ ਵਾਰੀ ਹੋਰ ਟਰਾਈ ਕਰਦੇ ਹਾਂ ਸਾਹਮਣੇ ਹੈਗੀ ਮੋਂਗੋ ਪਹਾੜੀ ਇੱਧਰੋਂ ਦੀ ਲੱਗਦੀ ਹੈ ਲੰਬੀ ਜੀ ਜਿਵੇਂ ਕੁਛ ਨਹੀਂ ਬਣਦਾ ਪਿਆ ਲੇਕਿਨ ਜਿਹੜੀ ਖਾਵਿਆ ਦੇ ਵੱਲੋਂ ਦਿਖਦੀ ਹੈ ਉੱਥੇ ਹਾਥੀ ਬਣਿਆ ਲੱਗਦਾ ਹਾਂਜੀ ਤਾਂ ਪਹੁੰਚ ਗਏ ਹਾਂ ਹੋਸਪਿਟਲ ਅਤੇ ਦੇਖਦੇ ਹਾਂ ਆਹੀ ਹੋਸਪਿਟਲ ਹੈ ਲੇਕਿਨ ਮੇ ਬੀ ਆਪਾਂ ਸਹੀ ਡਾਇਰੈਕਸ਼ਨ 'ਤੇ ਹੀ ਹੋਣਾ ਪਰ ਇੱਕ ਵਾਰੀ ਚੈੱਕ ਕਰਦੇ ਹਾਂ ਕਿਉਂਕਿ ਪ੍ਰਾਈਵੇਟ ਹੋਸਪਿਟਲ ਤਾਂ ਨਹੀਂ ਹੈ ਨਾ ਇਹ ਕਿਉਂਕਿ ਇੱਥੇ ਲਿਖਿਆ ਨੈੱਟ 'ਤੇ ਪ੍ਰਾਈਵੇਟ ਲਿਖਿਆ ਮੇਰੇ ਖਿਆਲ ਨਾਲ ਬਾਕੀ ਇੱਕ ਵਾਰੀ ਚੈੱਕ ਕਰਦੇ ਹਾਂ ਪੁੱਛਦੇ ਹਾਂ ਇਹਨਾਂ ਨੂੰ ਕੀ ਕਰਦੇ ਨੇ ਕਿ ਨਹੀਂ ਕਰਦੇ ਹਾਂਜੀ ਅਤੇ ਬੈਕ ਸਾਈਡ 'ਤੇ ਜੋ ਤੁਸੀਂ ਹੋਸਪਿਟਲ ਦੇਖ ਰਹੇ ਹੋ ਇਹ ਤਾਂ ਸਰਕਾਰੀ ਹੋਸਪਿਟਲ ਹੈ ਸਿਵਲ ਹੋਸਪਿਟਲ ਅਤੇ ਜਿਹਦੇ ਕੋਲ ਅਸੀਂ ਜਾਣਾ ਇਹ ਪਿੱਛੇ ਹੈਗਾ ਹੋਸਪਿਟਲ ਇਹ ਸਾਹਮਣੇ ਹੈਗਾ ਡਾਕਟਰ ਫੈਰਜ ਅਤੇ ਇੱਥੇ ਹੋਣਾ ਕਰੋਨਾ ਵਿਰੁੱਧ ਟੈਸਟ ਚੱਲਦੇ ਹਾਂ ਤਾਂ ਦੇਖਦੇ ਹਾਂ ਮੰਮੀ ਦਾ ਹੀ ਹੋਣਾ ਚਾਹੀਦਾ ਪਹਿਲਾਂ ਮੰਮੀ ਦੇ ਜੂਏ ਜਾ ਕੇ ਨਿਕਲ ਗਿਆ ਕੋਈ ਚੱਕਰ ਤਾਂ ਨਹੀਂ ਮੈਂ ਤਾਂ ਨੱਕ ਸਾਫ ਵੀ ਨਹੀਂ ਕਰਕੇ ਆਇਆ ਤੁਸੀਂ ਨੱਕ ਸਾਫ ਕਰ ਆਇਆ ਨਾ ਚੱਲ ਦੇਖਦੇ ਹਾਂ ਜੇ ਕੁਝ ਨਿਕਲ ਗਿਆ ਤਾਂ ਜੈਲ ਹੀ ਕੱਢਣੀ ਹੈ ਜੈਲ ਲਾ ਲੈਣ ਜਿਹੜੀ ਸਿਰ 'ਤੇ ਲਾਉਣੀ ਹੈ ਹਾਂਜੀ ਡਾਕੂਮੈਂਟ ਦਾ ਕੰਮ ਹੈ tomar de esta nota y mientras tanto que prepare 120 euros cada uno. Vale, bien. Yo creo que no hay problema. So 120 rupees lagne ne te tanu dikhanne hon corona virus test kime karde ne. Vaise ta nak ch hi vadnege, galle ch ta vadan wala india wala kam hai ni. Is layi chalo dekhde hain. Eh todi NI number leke aana bahut zaruri hai jo DNA hunda ya fir NIE te ode naal hi tada test hoga. ਅਤੇ ਜੇ ਤੁਸੀਂ ਦੇਨੀਆਂ ਦੇ ਵਿੱਚ ਰਹਿੰਦੇ ਹੋ ਅਤੇ ਮੈਂ ਇਹਦੀ ਡਿਟੇਲ ਤੁਹਾਨੂੰ ਪਾ ਦਾਂਗਾ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਤੇ ਆਪਣਾ ਟੈਸਟ ਕਰਾ ਸਕਦੇ ਹੋ ਜੇ ਤੁਸੀਂ ਵਿਖਾਰ ਕਰਨਾ la puerta abierta así porque cuando él después de que le mete el tubo si él tuviese el virus se mueve entonces él cuando sale hacia allí y se mueve el virus va a venir en la cara vuestra con lo cual esconderos así para que cuando esto el virus nos da vale. Ponga la mascarilla, ¿no? Sí, solo descubre la nariz y ya está, no, la boca tapada perfecto. Sí, vale. Perfecto, sube la mascarilla.
¿Y a la calle? हो गई था टेस्ट एक कक की मंजू निकली है नाक तक नाक नाक से पूरे बस नाक पे उड़ रहा था ना उड़ चलिए और आपको नाक नाक बस करना नाक नाक करना है बाहर निकल जाना ठीक है बाहर नो तब पे लाओ सुबिरो नाक में डाल के वो वहां पर बहुत ज्यादा झनझनाहट सी होती है भाई साहब नहीं लेकिन वैसे बढ़िया वैसे पता नहीं लगता लेकिन जब होता है तो चमुने से नहीं जैसे लड़ते वैसे लड़ते हैं क्या कहते हैं पता नहीं ये फीलिंग हम बता नहीं सकते डॉक्टर कह रहे हैं मनु भी वीडियो भेज दे ठीक है भेज देंगे कोई बात नहीं ते तनु दिख फिर हुन तुसी देख ही लिया ते हुन आपा देनिया छ गए हां ते पापा दे यार मित्र हैगे ने जिन्हें जेड़े पुराने निर्मल जेड़े जिन्हें मिलते रहने आपा निर्मल अंकल ते उन्हां कोल जावांगे हुन ਅਤੇ ਤੁਹਾਨੂੰ ਦਿਖਾਉਂਦੇ ਹਾਂ ਨੱਕ ਦੀ ਪੈਂ ਵਜਾ ਛੱਡੀ ਆ ਉਹਨੇ ਅਵੇ ਮੰਮੀ ਨੂੰ ਤਾਂ ਕੁਛ ਨਹੀਂ ਹੋਇਆ ਮੰਮੀ ਨੂੰ ਕੁਛ ਹੋਇਆ ਨਾ ਅਵੇ ਤਗੜੇ ਨਿਕਲੇ ਤੇਰੇ ਇਹਦੇ ਅੱਖਾਂ 'ਚੋਂ ਹੰਝੂ ਹੀ ਨਿਕਲੇ ਮੇਰੇ ਹੰਝੂ ਨਿਕਲੇ ਕਿਉਂਕਿ ਉਹਨੇ ਪੂਰਾ ਅੰਦਰ ਵਾੜ ਕੇ ਬਾਊ ਨੇ ਘੁਮਾਤਾ ਹੈ ਗੋਲ ਗੋਲ ਘੁਮਾਇਆ ਨਹੀਂ ਜਦੋਂ ਕੋਈ ਚੀਜ਼ ਗੋਲ ਗੋਲ ਘੁਮਾਓ ਉਦੋਂ ਜ਼ਿਆਦਾ ਦਰਦ ਹੁੰਦਾ ਭਾਈ ਸਾਹਿਬ ਉਹ ਨਹੀਂ ਇਹਨਾਂ ਦੇ ਤਾਂ ਪਤਾ ਕੀ ਕੀਤਾ ਇਹਨਾਂ ਦੇ ਤਾਂ ਸਿਰਫ ਕੁਛ ਆਇਆ ਰੱਖ ਕੇ ਦਬਾਤਾ ਹੈ ਹਾਂ ਮੇਰੇ ਤਾਂ ਅੰਦਰ ਜਾ ਕੇ ਐਂ ਘੁਮਾਤਾ ਪਕੜ ਕੇ ਬਾਅਦ ਚੋਂ ਨੱਕ ਫਿਰ ਫੜਿਆ ਬਾਅਦ ਚੋਂ ਮੇਰੇ ਮਨ ਤਾਂ ਮੂਹ ਬਣ ਗਿਆ ਜਦੋਂ ਉਹਨੇ ਘੁਮਾਇਆ ਉਹਨੇ ਗੋਲ ਘੁਮਾਇਆ ਬਾਈ ਨਹੀਂ ਗੋਲ ਘੁਮਾ ਕੇ ਤਾਂ ਥੋੜਾ ਸਿਸਟਮ ਖਤਮ ਹੋ ਜਾਂਦਾ ਇਹ ਜੂਮ ਕਿਵੇਂ ਹੁੰਦਾ ਹੈ ਜੂਮ ਕਿਵੇਂ ਹੁੰਦਾ ਜੂਮ ਨਹੀਂ ਹੁੰਦਾ ਜੂਮ ਨਹੀਂ ਹੁੰਦਾ ਮੈਂ ਜੂਮ ਕਰ ਰਹੀ ਸੀ ਮੈਂ ਕਿ ਸਕਰੀਨ ਤੇ ਹੀ ਖਿਆਦਾ ਐਵੇਂ ਹੋ ਜੀ ਨਹੀਂ ਹੋਇਆ ਨਹੀਂ ਹੁੰਦਾ ਚਲੋ ਫਿਰ ਹੁਣ ਚੱਲਦੇ ਹਾਂ ਨਰਮਲ ਅੰਕਲ ਕੋਲ ਤੁਹਾਨੂੰ ਦਿਖਾਉਂਦੇ ਹਾਂ ਤੇ ਲੈ ਕੇ ਉਹਨਾਂ ਦੀ ਸ਼ਾਪ ਤਾਂ ਤੁਸੀਂ ਦੇਖੀ ਹੋਈ ਆ ਬਸ ਮਿਲਦੇ ਹਾਂ ਉਹਨਾਂ ਨੂੰ ਤੇ ਫਿਰ ਘਰ ਵਾਪਸ ਤੇ ਜਦੋਂ ਰਿਪੋਰਟ ਆਏਗੀ ਫਿਰ ਪਤਾ ਲੱਗੇਗਾ ਨੈਗੇਟਿਵ ਜਾਂ ਪੋਜ਼ਿਟਿਵ ਨੋ ਆਲਵੇਜ਼ ਨੈਗੇਟਿਵ ਆਲਵੇਜ਼ ਨੈਗੇਟਿਵ ਪ੍ਰੋਬਲਮ ਨਾ ਕਰੋ